हेलो स्टूडेंट्स, हाउ आर यू। आज असी करांगे मानस की जात सबा एक है पहचान बो दे सिद्धांत नूं उजागर करता होया ए लेसन अ बैलेड ऑफ सर प्रताप सिंह। प्रताप सिंह जी दी वीर गाथा एदे विच असी देखांगे कि किस तरह एक राजा अपनी दोस्ती निभाउण लई अपनी कास्ट नूं वी खतरे विच पा दिंदा है ते अपनी दोस्ती निभांदा है। लेट्स स्टार्ट। The present poem exposes and attacks. मौजूदा poem भेद खोलदी है अते हमला करदी है किदे ते? The tyranny of the caste system in India. इंडिया विच प्रचलित जात प्रथा ते and asserts अते जोर देंदी है that a man's caste is determined not by his birth. कि एक व्यक्ति दी कास्ट उस दे जन्म तो ही निर्धारित नहीं हुंदी but by his actions. पर उसके कर्मा तो निर्धारित होती है। Men of noble heart, irrespective of their birth, belong to one caste. नेक दिल इंसान बिना जन्म दा ध्यान किते इको ही कास्ट दे नाल संबंध रखते हैं। A true soldier is related to all the soldiers of the world. एक सच्चा सिपाही दुनिया दे सारे सिपाहियां दे नाल संबंध रखता है। He shares a common bond of valor, courage and brotherhood with all the soldiers. ਉਹ ਦੁਨੀਆ ਦੇ ਸਾਰੇ ਸਿਪਾਹੀਆਂ ਦੇ ਨਾਲ ਵੀਰਤਾ, ਸਾਹਸ ਅਤੇ ਆਪਸੀ ਭਰਾਤਰੀ ਭਾਵ ਵਰਗੇ ਸਾਂਝੇ ਬੰਧਨ ਸ਼ੇਅਰ ਕਰਦਾ ਹੈ। ਲੈਟਸ ਸਟਾਰਟ ਦ ਪੋਇਮ। ਆਓ ਹੁਣ ਪੋਇਮ ਸ਼ੁਰੂ ਕਰੀਏ। ਇਨ ਦ ਫਸਟ ਈਅਰ ਆਫ ਹਿਮ ਦੈਟ ਫਸਟ ਵਾਜ ਐਮਪਰਰ ਐਂਡ ਕਿੰਗ। ਕਿ ਜਦੋਂ ਉਸਦੇ ਰਾਜਾ ਬਣਨ ਦਾ ਇਹ ਪਹਿਲਾ ਸਾਲ ਸੀ, ਭਾਵ ਕਿ ਉਹਦੇ ਰਾਜਾ ਬਣਨ ਨੂੰ ਹਜੇ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਸੀ। ਅ ਰਾਈਡਰ ਕੇਮ ਟੂ ਦ ਰੋਜ਼ ਰੈੱਡ ਹਾਊਸ, ਦ ਹਾਊਸ ਆਫ ਪ੍ਰਤਾਪ ਸਿੰਘ। ਤਾਂ ਇੱਕ ਰਾਈਡਰ ਯਾਨੀ ਇੱਕ ਘੋੜ ਸਵਾਰ ਉਹਦੇ ਘਰ ਆਇਆ। ਉਹਦੇ ਘਰ ਦਾ ਕੀ ਨਾਮ ਸੀ? ਰੋਜ਼ ਰੈੱਡ ਹਾਊਸ। ਭਾਵ ਉਸਦੇ ਘਰ ਦਾ ਕਲਰ ਰੈੱਡ ਸੀ, ਇਸ ਕਰਕੇ ਉਹਨੂੰ ਰੋਜ਼ ਰੈੱਡ ਕਿਹਾ ਜਾਂਦਾ ਸੀ। ਜਿੱਦਾਂ ਕਿ ਪੁਰਾਣੇ ਕਿਲਿਆਂ ਦਾ ਕਲਰ ਰੈੱਡ ਹੁੰਦਾ ਸੀ। ਤੇ ਉਹ ਹਾਊਸ ਕਿਹਦਾ ਸੀ? ਦ ਹਾਊਸ ਆਫ ਪ੍ਰਤਾਪ ਸਿੰਘ। ਪ੍ਰਤਾਪ ਸਿੰਘ ਦਾ ਉਹ ਘਰ ਸੀ, ਪ੍ਰਤਾਪ ਸਿੰਘ ਦਾ ਉਹ ਕਿਲਾ ਸੀ ਜਿਹਨੂੰ ਉਹ ਰੋਜ਼ ਰੈੱਡ ਹਾਊਸ ਕਹਿੰਦਾ ਸੀ। ਯੰਗ ਹੀ ਵਾਜ਼ ਐਂਡ ਐਨ ਇੰਗਲਿਸ਼ਮੈਨ। ਉਹ ਯੰਗ ਸੀ, ਨੌਜਵਾਨ ਸੀ ਤੇ ਨਾਲ ਕੀ ਸੀ? ਉਹ ਫਿਰੰਗੀ ਸੀ, ਇੰਗਲਿਸ਼ਮੈਨ ਸੀ, ਅੰਗਰੇਜ਼ ਸੀ। ਐਂਡ ਅ ਸੋਲਜਰ ਹਿਲਟ ਐਂਡ ਹੀਲ। ਅਤੇ ਉਹ ਇੱਕ ਤਿਆਰ ਬਰ ਤਿਆਰ ਸੋਲਜਰ ਸੀ ਆਪਣੀ ਤਲਵਾਰ ਦੇ ਨਾਲ ਅਤੇ ਅੱਡੀ ਘੋੜੇ ਦੇ ਨਾਲ। ਐਂਡ ਹੀ ਸਟਰਕ ਫਾਇਰ ਇਨ ਪ੍ਰਤਾਪਜ ਹਾਰਟ ਐਸ ਦ ਸਟੀਲ ਸਟ੍ਰਾਈਕਸ ਔਨ ਸਟੀਲ। ਤੇ ਉਸ ਨੂੰ ਦੇਖ ਕੇ ਜੋਧਪੁਰ ਦੇ ਰਾਜੇ ਪ੍ਰਤਾਪ ਸਿੰਘ ਦੇ ਦਿਲ ਵਿੱਚ ਅੱਗ ਬਲੀ। ਉਹ ਅੱਗ ਇਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਇੱਕ ਸਟੀਲ ਦੂਜੇ ਸਟੀਲ ਦੇ ਨਾਲ ਟਕਰਾ ਕੇ ਚਿੰਗਾਰੀ ਉਤਪੰਨ ਕਰਦਾ ਹੈ, ਇਹੋ ਜਿਹੀ ਚਿੰਗਾਰੀ ਪ੍ਰਤਾਪ ਸਿੰਘ ਦੇ ਦਿਲ ਵਿੱਚ ਲੱਗੀ। ਬੀਨੀਥ ਦ ਮੋਰਨਿੰਗ ਸਟਾਰਸ ਦੇ ਰੋਡ, ਬੀਨੀਥ ਦ ਈਵਨਿੰਗ ਸਨ। ਇੱਥੇ ਉਹ ਆਪਣੇ ਪੁਰਾਣੇ ਟਾਈਮ ਦਾ ਜ਼ਿਕਰ ਕਰਦੇ ਹਨ ਕਿ ਕਿਸ ਤਰ੍ਹਾਂ ਸਵੇਰ ਹੁੰਦੇ ਹੀ ਘੋੜੇ ਤੇ ਸਵਾਰ ਹੋ ਜਾਂਦੇ ਸਨ ਤੇ ਸ਼ਾਮ ਤੱਕ ਘੋੜੇ ਤੇ ਸਵਾਰ ਹੀ ਰਹਿੰਦੇ ਸਨ। ਮੀਨਸ ਜੰਗ ਵਾਲਾ ਦਿਨ। ਐਂਡ ਦੇਅਰ ਬਲੱਡ ਸੈਂਗ ਟੂ ਦੈਮ ਐਜ਼ ਦੇ ਰੋਡ ਦੈਟ ਆਲ ਗੁੱਡ ਵਾਰਸ ਆਰ ਵਨ। ਤੇ ਜਦੋਂ ਉਹ ਘੋੜਸਵਾਰੀ ਕਰਦੇ ਸਨ, ਜੰਗਾਂ ਯੁੱਧਾਂ ਲੜਦੇ ਸਨ ਤੇ ਉਹਨਾਂ ਦੇ ਦਿਮਾਗ 'ਚ ਇਹੀ ਹੁੰਦਾ ਸੀ ਕਿ ਜਿਹੜੀਆਂ ਵੀ ਅਸੀਂ ਲੜਾਈਆਂ ਲੜੀਆਂ ਉਹ ਸਾਰੀਆਂ ਇੱਕੋ ਤਰੀਕੇ ਨਾਲ ਚੰਗੀਆਂ ਹਨ, ਭਾਵ ਮਨੁੱਖਤਾ ਦੀ ਭਲਾਈ ਵਾਸਤੇ ਜਾਂ ਚੰਗੇ ਉਦੇਸ਼ ਵਾਸਤੇ ਹੀ ਲੜੀਆਂ ਗਈਆਂ। ਦੇ ਟੋਲ ਦੇਅਰ ਟੇਲਸ ਆਫ ਦ ਲਵ ਆਫ ਵੁਮੈਨ, ਦੇਅਰ ਟੇਲਸ ਆਫ ਈਸਟ ਐਂਡ ਵੈਸਟ। ਤੇ ਜਿਉਂ ਜਿਉਂ ਉਹਨਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਆਪਣੇ ਜ਼ਿੰਦਗੀ ਦੇ ਰਾਜ਼ ਇੱਕ ਦੂਜੇ ਦੇ ਨਾਲ ਖੋਲ੍ਹੇ। ਰਾਜਾ ਪ੍ਰਤਾਪ ਸਿੰਘ ਨੇ ਉਸਨੂੰ ਆਪਣੀਆਂ ਈਸਟ ਵਾਲੀਆਂ ਗੱਲਾਂ ਸੁਣਾਈਆਂ ਤੇ ਇੰਗਲਿਸ਼ਮੈਨ ਨੇ, ਫਿਰੰਗੀ ਨੇ ਆਪਣੀਆਂ ਵੈਸਟ ਵਾਲੀਆਂ ਉਸਨੂੰ ਗੱਲਾਂ ਸੁਣਾਈਆਂ। ਬਟ ਦੇਅਰ ਬਲੱਡ ਸੈਂਗ ਦੈਟ ਆਫ ਆਲ ਦੇਅਰ ਲਵਸ, ਦੇ ਲਵਡ ਅ ਸੋਲਜਰ ਬੈਸਟ। ਪਰ ਦੋਨਾਂ ਦੇ ਖੂਨ ਦੇ ਵਿੱਚ ਇੱਕ ਤਰਾਨਾ ਸਾਂਝਾ ਸੀ, ਇੱਕ ਗੀਤ ਸਾਂਝਾ ਸੀ। ਉਹ ਸੀ ਕਿ ਉਹ ਸੈਨਿਕਾਂ ਦੇ ਆਪਸੀ ਭਰਾਤਰੀ ਭਾਵ ਨੂੰ ਪਿਆਰ ਕਰਦੇ ਸਨ ਕਿ ਸਾਰੇ ਸੈਨਿਕ ਹੀ ਆਪਸ ਵਿੱਚ ਭਰਾ ਭਰਾ ਹਨ। ਸੋ ਰੈਨ ਦੇਅਰ ਜੁਆਏ ਦ ਅਲੋਟਡ ਡੇਜ਼ ਟਿਲ ਐਟ ਦ ਲਾਸਟ ਡੇਜ਼ ਐਂਡ, ਦ ਸ਼ੈਡੋ ਸਟਿਲਟ ਦ ਰੋਜ਼ ਰੈੱਡ ਹਾਊਸ ਐਂਡ ਦ ਹਾਰਟ ਆਫ ਪ੍ਰਤਾਪਸ ਫਰੈਂਡ। ਅਲੋਟਡ ਡੇਜ਼ ਹੁੰਦੇ ਨੇ ਜਿਹੜੇ ਦਿਨ ਸਾਨੂੰ ਇਸ ਦੁਨੀਆਂ ਵਿੱਚ ਜੀਣ ਲਈ ਮਿਲਦੇ ਹਨ ਪਰਮਾਤਮਾ ਵੱਲੋਂ। ਸੋ ਰਾਜਾ ਪ੍ਰਤਾਪ ਸਿੰਘ ਅਤੇ ਉਸਦੇ ਇੰਗਲਿਸ਼ ਦੋਸਤ ਦੀਆਂ ਖੁਸ਼ੀਆਂ ਇਸੇ ਤਰ੍ਹਾਂ ਤਦ ਤੱਕ ਚੱਲਦੀਆਂ ਰਹੀਆਂ ਜਦ ਤੱਕ ਮੌਤ ਦੇ ਪਰਛਾਵੇਂ ਨੇ ਉਸ ਰੋਜ਼ ਰੈੱਡ ਹਾਊਸ ਤੇ ਆਪਣਾ ਘੇਰਾ ਨਹੀਂ ਪਾ ਲਿਆ ਤੇ ਉਹ ਮੌਤ ਆਪਣੇ ਨਾਲ ਰਾਜਾ ਪ੍ਰਤਾਪ ਸਿੰਘ ਦੇ ਦੋਸਤ ਨੂੰ ਵੀ ਲੈ ਗਈ। ਵਨ ਮੋਰਨਿੰਗ ਕੇਮ ਇਨ ਨੈਰੋ ਚੈਸਟ, ਦ ਸੋਲਜਰਸ ਫੇਸ ਤੇ ਹਿੱਟ। ਅਤੇ ਜਦੋਂ ਸਵੇਰ ਹੋਈ ਤਾਂ ਉਸਦੀ ਡੈੱਡ ਬੋਡੀ ਨੂੰ ਇੱਕ ਤੰਗ ਤਾਬੂਤ ਵਿੱਚ ਰੱਖ ਦਿੱਤਾ ਗਿਆ ਅਤੇ ਉਸਦਾ ਫੇਸ ਕਫਨ ਦੇ ਨਾਲ ਢੱਕ ਦਿੱਤਾ ਗਿਆ। ਐਂਡ ਓਵਰ ਹਿਜ਼ ਫਾਸਟ ਡ੍ਰੀਮਿੰਗ ਆਈਜ਼ ਸ਼ਟ ਡਾਊਨ ਦ ਨੈਰੋ ਲਿਡ।
ਅਤੇ ਸਦਾ ਦੀ ਨੀਂਦ ਸੁੱਤੇ ਹੋਏ ਉਸ ਇੰਗਲਿਸ਼ ਸੋਲਜਰ ਦੇ ਤਾਬੂਤ ਨੂੰ ਇੱਕ ਤੰਗ ਟੱਕਣ ਦੇ ਨਾਲ ਟੱਕ ਦਿੱਤਾ ਗਿਆ। Three were there of his race and creed, three only and no more। ਹੁਣ ਪੂਰੇ ਜੋਧਪੁਰ ਵਿੱਚ ਉਸ ਇੰਗਲਿਸ਼ ਮੈਨ ਦੀ ਜਾਤ ਵਾਲੇ ਸਿਰਫ ਤਿੰਨ ਹੀ ਵਿਅਕਤੀ ਮਿਲੇ ਸਨ, ਹੋਰ ਕੋਈ ਵੀ ਨਹੀਂ ਸਨ। They could not find a bear the dead, a fourth in all Jodhpur। ਕਿ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਇੱਕ ਅਰਥੀ ਨੂੰ ਕੰਧਾ ਦੇਣ ਲਈ ਚਾਰ ਜਣੇ ਚਾਹੀਦੇ ਹੁੰਦੇ ਹਨ, ਪਰ ਉਹਨਾਂ ਨੂੰ ਸਿਰਫ ਤਿੰਨ ਹੀ ਮਿਲੇ, ਉਹ ਪੂਰੇ ਜੋਧਪੁਰ ਦੇ ਵਿੱਚ ਚੌਥਾ ਬੰਦਾ ਨਹੀਂ ਲੱਭ ਸਕੇ। ਫਿਰ ਉਹਨਾਂ ਨੇ ਮਹਾਰਾਜ ਨੂੰ ਕੀ ਕਿਹਾ? ਓ ਮਹਾਰਾਜ, ਆਫ ਯੂਰ ਗੁੱਡ ਰੇਸ, ਸੈਂਡ ਅਸ ਅ ਸਵੀਪਰ ਹੇਅਰ। ਅ ਸਵੀਪਰ ਹੈਜ਼ ਨੋ ਕਾਸਟ ਟੂ ਲੂਜ਼ ਈਵਨ ਬਾਈ ਐਨ ਏਲੀਅਨ ਬੇਅਰ। ਹੁਣ ਉਸ ਅਰਥੀ ਨੂੰ ਕੰਧਾ ਦੇਣ ਆਏ ਉਹਨਾਂ ਇੰਗਲਿਸ਼ਮੈਨ ਨੂੰ ਪਤਾ ਸੀ ਕਿ ਇੱਥੇ ਕਾਸਟ ਸਿਸਟਮ ਬਹੁਤ ਪ੍ਰੈਵਲੈਂਟ ਹੈ। ਉਹਨਾਂ ਨੇ ਮਹਾਰਾਜ ਨੂੰ ਕਿਹਾ ਕਿ ਸਾਨੂੰ ਅਰਥੀ ਨੂੰ ਕੰਧਾ ਦੇਣ ਲਈ ਇੱਕ ਸਵੀਪਰ ਦੇ ਦਿਓ, ਇੱਕ ਲੋ ਕਾਸਟ ਵਾਲਾ ਵਿਅਕਤੀ ਦੇ ਦਿਓ, ਕਿਉਂਕਿ ਇੱਕ ਸਵੀਪਰ ਨੂੰ ਕਦੀ ਵੀ ਆਪਣੀ ਕਾਸਟ ਦੇ ਖੁੰਝ ਜਾਣ ਦਾ ਡਰ ਨਹੀਂ ਹੁੰਦਾ, ਈਵਨ ਬਾਈ ਐਨ ਏਲੀਅਨ ਬੇਅਰ। ਸੋ ਏਲੀਅਨ ਦਾ ਮਤਲਬ ਹੈ ਫੋਰਨਰ, ਕਿ ਭਾਵੇਂ ਉਹ ਕਿਸੇ ਵਿਦੇਸ਼ੀ ਦੀ ਅਰਥੀ ਨੂੰ ਕੰਧਾ ਦੇ ਦੇਵੇ। What need? What need? said Pratap. Pratap Singh ne kiya ki ki load hai? ਕੀ ਲੋੜ ਹੈ? ਐਂਡ ਬੋਰਡ ਹਿਸ ਪ੍ਰਿੰਸਲੀ ਹੈਡ, ਅਤੇ ਉਹਨਾਂ ਨੇ ਆਪਣਾ ਰਾਜਸੀ ਸਿਰ ਝੁਕਾਇਆ। ਆਈ ਹੈਵ ਨੋ ਕਾਸਟ, ਮੇਰੀ ਕੋਈ ਕਾਸਟ ਨਹੀਂ ਹੈ, ਫੋਰ ਆਈ ਮਾਈ ਸੈਲਫ, ਇਸ ਲਈ ਮੈਂ ਖੁਦ ਆਈ ਐਮ ਬੀਅਰਿੰਗ ਫੋਰਥ ਦ ਡੈਡ। ਬੀਅਰਿੰਗ ਫੋਰਥ ਹੁੰਦਾ ਅੱਗੇ ਆ ਕੇ ਚੁੱਕਣਾ, ਸੋ ਮੈਂ ਖੁਦ ਅੱਗੇ ਆ ਕੇ ਇਸ ਡੈਡ ਬੋਡੀ ਨੂੰ ਚੁੱਕਾਂਗਾ। ਓ ਮਹਾਰਾਜ, ਓ ਪੈਸ਼ਨੇਟ ਹਾਰਟ, ਬੀ ਵਾਈਸ, ਬੀ ਥਿੰਕ ਯੂ ਯੈਟ, ਦੈਟ ਵਿਚ ਯੂ ਲੂਜ਼ ਟੂਡੇ ਇਜ਼ ਲੋਸਟ till the last sun shall set। so englishman ne keha o dayalu hirde wale maharaj, syane bano te dobara phir socho, jehdi cheez tusi ajj guma li, paav tuhadi zaat, oh rehndi umar tak tanu dobara nahi milegi। god only knows, said pratap singh, that which I lose today। ਪ੍ਰਤਾਪ ਸਿੰਘ ਨੇ ਕਿਹਾ ਕਿ ਰੱਬ ਹੀ ਜਾਣਦਾ ਹੈ ਕਿ ਅੱਜ ਮੈਂ ਕਿਹੜੀ ਚੀਜ਼ ਗੁਮਾ ਲਈ ਹੈ, ਐਂਡ ਵਿਦਆਊਟ ਮੀ ਨੋ ਹੈਂਡ ਆਫ ਮੈਨ ਸ਼ੈਲ ਬੇਅਰ ਮਾਈ ਫਰੈਂਡ ਅਵੇ, ਅਤੇ ਮੇਰੇ ਤੋਂ ਬਿਨਾਂ ਹੋਰ ਕਿਸੇ ਵੀ ਵਿਅਕਤੀ ਦਾ ਹੱਥ ਇਸ ਤਾਬੂਤ ਨੂੰ ਅੱਗੇ ਨਹੀਂ ਲਿਜਾ ਸਕਦਾ। ਸਟੇਟਲੀ ਐਂਡ ਸਲੋ ਐਂਡ ਸ਼ੋਲਡਰ ਹਾਈ ਇਨ ਦ ਸਾਈਟ ਆਫ ਆਲ ਜੋਧਪੁਰ, ਦ ਡੈਡ ਵੈਂਟ ਡਾਊਨ ਬਾਈ ਦ ਰੋਜ਼ ਰੈਡ ਸਟੈਪਸ upheld by bearers four। ਹੁਣ ਰਾਜਾ ਪ੍ਰਤਾਪ ਸਿੰਘ ਅਤੇ ਤਿੰਨ ਇੰਗਲਿਸ਼ਮੈਨ, ਚਾਰਾਂ ਨੇ ਉਸ ਤਾਬੂਤ ਨੂੰ ਚੱਕਿਆ ਅਤੇ ਰੋਜ਼ ਰੈੱਡ ਹਾਊਸ ਦੀਆਂ ਸਟੈਪਸ ਤੋਂ ਨੀਚੇ ਉਤਰੇ ਅਤੇ ਪੂਰੇ ਜੋਧਪੁਰ ਦੇ ਵਿੱਚ ਬੜੇ ਆਲੀਸ਼ਾਨ ਢੰਗ ਦੇ ਨਾਲ ਸਟੇਟਲੀ ਅਤੇ ਹੌਲੀ ਹੌਲੀ ਉਸ ਤਾਬੂਤ ਨੂੰ ਲੈ ਕੇ ਗਏ ਆਪਣੇ ਕੰਧਿਆਂ ਤੇ ਰੱਖਦੇ ਹੋਏ। When dawn relit the lamp of grief, ਜਦੋਂ ਫੇਰ ਪ੍ਰਭਾਤ ਵੇਲਾ ਹੋਇਆ, ਸਵੇਰ ਹੋਈ, ਤਾਂ ਰਾਜੇ ਦਾ ਦਿਲ ਫੇਰ ਉਸ ਦਰਦ ਦੇ ਨਾਲ ਭਰ ਗਿਆ। Within the burning east there came a word to Pratap Singh, the soft word of a priest, ਤੇ ਜਦੋਂ ਉਹ ਇਸ ਦੁਖੀ ਹਾਲਤ ਦੇ ਵਿੱਚ ਆਪਣੇ ਦੋਸਤ ਬਾਰੇ ਸੋਚ ਰਿਹਾ ਸੀ, ਤਾਂ ਉਹਦੇ ਕੰਨਾਂ ਦੇ ਵਿੱਚ ਉਸ ਇਲਾਕੇ ਦੇ ਪੰਡਿਤ ਦਾ ਸੋਫਟ ਵਰਡ ਪਿਆ। He woke and even as he woke he went forth all in white। ਉਹ ਉੱਠਿਆ ਅਤੇ ਜਿਵੇਂ ਹੀ ਉਹ ਉੱਠਿਆ ਉਹ ਭੁੱਲ ਗਿਆ ਕਿ ਪ੍ਰਜਾ ਨੂੰ ਮਿਲਣ ਲਈ ਜਿਹੜੀ ਫਾਰਮਲ ਡਰੈਸ ਹੁੰਦੀ ਹੈ ਇੱਕ ਰਾਜਾ ਪਹਿਨਦਾ ਹੈ, ਉਹ ਡਰੈਸ ਪਾਣੀ ਵੀ ਭੁੱਲ ਗਿਆ, ਅਤੇ ਜੋ ਉਹਦੀ ਵਾਈਟ ਆਊਟਫਿਟ ਸੀ ਜੋ ਉਹ ਸੌਣ ਵੇਲੇ ਪਾਉਂਦਾ ਸੀ, ਉਸੇ ਹੀ ਵਾਈਟ ਆਊਟਫਿਟ ਵਿੱਚ ਉਹਨਾਂ ਨੂੰ ਮਿਲਣ ਚਲਾ ਗਿਆ। And saw the Brahmans bowing there in the hard morning light। ਤੇ ਉਹ ਸਵੇਰ ਜੋ ਉਸ ਲਈ ਬੜੀ ਦੁੱਖਾਂ ਭਰੀ ਸੀ, ਉਸ ਦੁੱਖਾਂ ਭਰੀ ਉਸ ਹਾਰਡ ਮੋਰਨਿੰਗ ਵਿੱਚ ਉਹਨੇ ਦੇਖਿਆ ਕਿ ਬ੍ਰਾਹਮਣ ਵੀ ਆਏ ਹੋਏ ਸਨ ਜੋ ਉਸਨੂੰ ਨਮਸਕਾਰ ਕਰ ਰਹੇ ਸਨ। ਅਲਾਸ, ਓ ਮਹਾਰਾਜ, ਅਲਾਸ, ਕਿ ਦੁਹਾਈ ਹੋ ਮਹਾਰਾਜ, ਦੁਹਾਈ ਹੋ, ਓ ਨੋਬਲ ਪ੍ਰਤਾਪ ਸਿੰਘ, ਹੇ ਨੇਕ ਪ੍ਰਤਾਪ ਸਿੰਘ, ਓ ਹੇਅਰ ਇਨ ਜੋਧਪੁਰ ਯੈਸਟਰਡੇ ਬਿਫੈਲ ਅ ਫੀਅਰਫੁਲ ਥਿੰਗ, ਕਿ ਇੱਥੇ ਜੋਧਪੁਰ ਦੇ ਵਿੱਚ ਕੱਲ੍ਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ਓ ਹੇਅਰ ਇਨ ਜੋਧਪੁਰ ਯੈਸਟਰਡੇ ਅ ਫੀਅਰਫੁਲ ਥਿੰਗ ਬਿਫੈਲ, ਅ ਫੀਅਰਫੁਲ ਥਿੰਗ, ਸੈਡ ਪ੍ਰਤਾਪ ਸਿੰਘ। ਪ੍ਰਤਾਪ ਸਿੰਘ ਨੇ ਕਿਹਾ, ਹਾਂ ਮੈਨੂੰ ਪਤਾ ਹੈ ਜੋਧਪੁਰ ਵਿੱਚ ਕੱਲ੍ਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਬਹੁਤ ਹੀ ਮੰਦਭਾਗੀ ਘਟਨਾ। ਗਾਡ ਐਂਡ ਮਾਈ ਹਾਰਟ ਨੋ ਵੈਲ, ਪਰਮਾਤਮਾ ਅਤੇ ਮੇਰਾ ਦਿਲ ਉਸ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਆਈ ਲੋਸਟ ਅ ਫਰੈਂਡ, ਮੈਂ ਆਪਣਾ ਮਿੱਤਰ ਗਵਾ ਲਿਆ।
मोर फियरफुल येट इस तो भी ज्यादा मंदभागी घटना महाराज व्हेन डाउन दी स्टेप्स यू पास्ड इन साइट ऑफ ऑल जोधपुर यू लूज ओ महाराज योर कास्ट के जदों तुसी अपने इस घर दियां पौड़ियां उतरे अते जोधपुर दे विच उस अर्थी नू लेके घूमे तां महाराज तुसी अपनी कास्ट गुआ ली then leapt the light in Pratap's eyes as a flame leaps in smoke ते ए सुन के प्रताप सिंह एकदम गुस्से विच आ गया ये गुस्सा इस तरह दा सी जिद्दां किसी धुएं दे विचों एकदम अग बल गई होवे दो प्रीस्ट thy soul hath never known the word thy lips have spoke ke tu pandit teri aatma e kadi vi nahi jaan payegi ke tere bulla ne ki kiya my caste no you there is a caste above my caste or thine tu meri caste di gal karda tenu pata teri te meri caste to upar vi ek caste hundi hai brahmin and rajput are but dust to that immortal line te us na marn wali us amar jaat de agge e brahman ate राजपूत इस धूड मिट्टी ही हन वाइड एज द वर्ल्ड फ्री एज द एयर इह जात दुनिया जिड्डी वड्डी है ते हवा जिन्नी आजाद है प्योर एज द पूल ऑफ डेथ ते जिद्दां डेथ किसे लिए वखरेवा नहीं करदी प्योर है अंदरों बाहरों एक है किसे नाल वितकरा नहीं करदी इह जात भी उसे तरह प्योर है द कास्ट ऑफ ऑल अर्थ नोबल हार्ट्स इज अ राइट सोल्जर्स फेथ ते ओ कास्ट है दुनिया दे सारे नेक इंसाना दी कास्ट के जिस उत्ते एक सोल्जर अपनी आस्था रखता है सो ए सी पोएम अ बैलड ऑफ सर प्रताप सिंह रिटन बाय सर हेनरी न्यूबोल्ट सर हेनरी न्यूबोल्ट 1862 टू 1938 वाज अ फेमस ब्रिटिश पोएट नॉवलिस्ट एंड बैरिस्टर सर हेनरी न्यूबोल्ट जो कि 1862 विच जन्मे अते 1938 विच जिन्हां दी मृत्यु हुई ओह एक बहुत ही उगे ब्रिटिश पोएट नॉवलिस्ट अते बैरिस्टर सन यानी वकील सन बोर्न इन बिल्स्टन बिल्स्टन विच पैदा हुए न्यूबोल्ट वाज एजुकेटेड एट कॉर्पस क्रिस्टी कॉलेज ऑक्सफोर्ड इन्होंने कॉर्पस क्रिस्टी कॉलेज ऑक्सफोर्ड विच विद्या हासिल की ही वाज कॉल्ड टू द बार इन 1887 1887 ईस्वी विच इन्होंने वकीलों की बार नू ज्वाइन किया ही इज नोन फॉर हिज पोएम्स अबाउट वॉर एंड लैंड एंड ऑन सी ओह जंग धरती अते समंदर संबंधी अपनी पोएम्स करके जाने जाते हैं ही वॉज एन आर्डेंट बिलीवर इन द पावर एंड इंस्पीरेशनल क्वालिटी ऑफ मैनी पेट्रियोटिक वर्स ओह बहुत सारिया देशभक्ति सत्रा दी शक्ति अते उना दी प्रेरणा दायक विशेषता दे बहुत ही उत्साही बिलीवर सन यानी मंदे सन ही इज द ऑथर ऑफ पेट्रियोटिक पोएम्स ओह एक देश भक्ति दियां कवितावां दे ऑथर हन